ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਕਈ ਮਹਾਂਪੁਰਖ ਦੱਸਦੇ ਹੁੰਦੇ ਨੇ ਵੀ ਜਦੋਂ ਗੁਰੂ ਗੋਬਿੰਦ ਸਿੰਘ ਜੀ ਨੇ ਆਨੰਦਗੜ੍ਹ ਦਾ ਕਿਲਾ ਛੱਡਿਆ, ਜਦੋਂ ਗੁਰੂ ਸਾਹਿਬ ਨੂੰ 8 ਮਹੀਨੇ ਘਰੇ ਘੇਰੇ ਪਏ ਨੂੰ ਹੋ ਗਏ ਸੀਗੇ, ਗੁਰੂ ਸਾਹਿਬ ਨੇ ਕਿਲਾ ਕਿਉਂ ਛੱਡਿਆ ਸੀ? ਕਈ ਮਹਾਂਪੁਰਖ ਇਹ ਦੱਸਦੇ ਨੇ ਵੀ ਜਦੋਂ 8 ਮਹੀਨੇ ਹੋ ਗਏ ਸੀਗੇ, ਅੰਦਰ ਭੁੱਖ ਨਾਲ ਕਈ ਸਿੰਘ ਸ਼ਹੀਦ ਹੋ ਗਏ, ਉਸ ਤੋਂ ਬਾਅਦ ਪਹਾੜੀ ਰਾਜਿਆਂ ਨੇ ਕਸਮਾਂ ਖਾਧੀਆਂ ਅਤੇ ਪਠਾਣਾਂ ਨੇ ਵੀ ਕਸਮਾਂ ਖਾਧੀਆਂ। ਪਹਾੜੀ ਰਾਜਿਆਂ ਨੇ ਕਸਮਾਂ ਕਾਹਦੀਆਂ ਖਾਧੀਆਂ ਸੀਗੀਆਂ? ਆਟੇ ਦੀ ਗਊ ਬਣਾਈ ਸੀਗੀ। ਗਊ ਕੀ ਆ? ਗਊ ਇੱਕ ਰਿਲੀਜੀਅਸ ਸਾਈਨ ਆ, ਸਿੰਬਲ ਆ। ਦੂਜਿਆਂ ਨੇ ਕਿਹੜੀਆਂ ਕਸਮਾਂ ਖਾਧੀਆਂ? ਕੁਰਾਨ ਸ਼ਰੀਫ ਦੀਆਂ। ਕੁਰਾਨ ਸ਼ਰੀਫ ਇੱਕ ਪਵਿੱਤਰ ਗ੍ਰੰਥ ਆ ਮੁਸਲਮਾਨਾਂ ਦਾ। ਕਈ ਮਹਾਂਪੁਰਖ ਇਹ ਦੱਸਦੇ ਨੇ ਵੀ ਗੁਰੂ ਗੋਬਿੰਦ ਸਿੰਘ ਜੀ ਜਿਹੜੇ ਨੇ ਉਹ ਤਾਂ ਆਪ ਜਾਣੀ ਜਾਣਨੇ ਵੀ ਕੀ ਹੋਣਾ ਸੀਗਾ, ਉਹਨਾਂ ਨੂੰ ਪਤਾ ਸੀ, ਕਿਉਂਕਿ ਆਪ ਪਰਮਾਤਮਾ ਨੇ ਉਹ ਹੇਮਕੁੰਡ ਸਾਹਿਬ ਦੀ ਗੱਲ ਦੇਖੀਏ, ਹੇਮਕੁੰਡ ਸਾਹਿਬ ਦਾ ਇਤਿਹਾਸ ਪੜ੍ਹੀਏ। ਮਹਾਰਾਜ ਕਹਿੰਦੇ ਵੀ ਮੈਂ ਕਈ ਯੁੱਗਾਂ ਤੋਂ ਉੱਥੇ ਤਪੱਸਿਆ ਕਰਦਾ ਸੀ, ਮੈਂ ਤਪੱਸਿਆ ਕਰਦਾ ਕਰਦਾ ਪਰਮਾਤਮਾ ਨਾਲ ਇੱਕ ਹੋ ਗਿਆ। ਇੱਕ ਹੋ ਗਿਆ ਮਤਲਬ ਕੋਈ ਫਰਕ ਨਹੀਂ ਰਿਹਾ, ਇਹਦਾ ਮਤਲਬ ਆਪ ਗੁਰੂ ਸਾਹਿਬ ਪਰਮਾਤਮਾ ਨੇ। ਜਦੋਂ ਕਿਲਾ ਛੱਡਣਾ ਸੀਗਾ ਆਨੰਦਪੁਰ ਸਾਹਿਬ ਦਾ, ਉਹਨਾਂ ਨੂੰ ਪਤਾ ਸੀ ਗੁਰੂ ਸਾਹਿਬ ਨੂੰ ਵੀ ਬਾਅਦ 'ਚ ਕੀ ਹੋਣਾ ਆ? ਮਾਤਾ ਜੀਤੋ ਜੀ ਨੂੰ ਪਤਾ ਲੱਗ ਗਿਆ ਸੀ, ਉਹ ਆਪਣੇ ਸਰੀਰ ਪਹਿਲਾਂ ਛੱਡ ਗਏ ਸੀਗੇ। ਜੇ ਮਾਤਾ ਜੀਤੋ ਜੀ ਨੂੰ ਪਤਾ ਲੱਗ ਸਕਦਾ ਵੀ ਬਾਅਦ ਵਿੱਚ ਕੀ ਹੋਣਾ, ਫਿਊਚਰ 'ਚ ਕੀ ਹੋਣਾ ਆ, ਗੁਰੂ ਸਾਹਿਬ ਨੂੰ ਤਾਂ ਪਤਾ ਹੀ ਆ। ਗੁਰੂ ਸਾਹਿਬ ਤਾਂ ਆਪ ਸਾਰਾ ਕੁਛ ਕਰਨ ਵਾਲੇ ਨੇ। ਹੁਣ ਗੱਲ ਇੱਥੇ ਆਓ ਵੀ ਜਦੋਂ ਕਸਮਾਂ ਖਾਧੀਆਂ, ਆਟੇ ਦੀ ਗਊ ਅਤੇ ਕੁਰਾਨ ਸ਼ਰੀਫ ਦੀਆਂ ਕਸਮਾਂ, ਕਈ ਮਹਾਂਪੁਰਖ ਇਹ ਕਹਿੰਦੇ ਨੇ ਗੁਰੂ ਸਾਹਿਬ ਨੇ ਜਿਹੜਾ ਕਿਲਾ ਛੱਡਿਆ ਆ ਉਹ ਧਾਰਮਿਕ ਚਿੰਨ੍ਹਾਂ ਦੇ ਸਤਿਕਾਰ ਨੂੰ ਬਰਕਰਾਰ ਰੱਖਣ ਵਾਸਤੇ ਹੀ ਛੱਡਿਆ ਆ। ਕਈ ਮਹਾਂਪੁਰਖ ਇਹ ਕਹਿੰਦੇ ਨੇ ਜਿਹੜਾ ਗੁਰੂ ਸਾਹਿਬ ਨੇ ਕਿਲਾ ਛੱਡਿਆ ਸੀਗਾ ਉਹ ਧਾਰਮਿਕ ਚਿੰਨ੍ਹਾਂ ਦੇ ਸਤਿਕਾਰ ਨੂੰ ਬਰਕਰਾਰ ਰੱਖਣ ਵਾਸਤੇ ਹੀ ਛੱਡਿਆ ਆ, ਕਿਉਂਕਿ ਗੁਰੂ ਸਾਹਿਬ ਦਾ ਕਿਸੇ ਧਰਮ ਨਾਲ ਕੋਈ ਉਹ ਨਹੀਂ ਸੀਗਾ ਵੀ ਰੋਂਗ ਜਾਂ ਕੋਈ ਕਹਿ ਲਓ ਵੀ ਦੁਸ਼ਮਣੀ। ਗੁਰੂ ਸਾਹਿਬ ਦੀ ਦੁਸ਼ਮਣੀ ਤੁਸੀਂ ਇਹ ਕਹਿ ਲਓ ਜ਼ੁਲਮ ਦੇ ਨਾਲ ਸੀ। ਗੁਰੂ ਸਾਹਿਬ ਜ਼ੁਲਮ ਨੂੰ ਖਤਮ ਕਰਨ ਆਏ ਸੀਗੇ, ਧਰਮ ਦਾ ਪ੍ਰਚਾਰ ਸੰਤਾਂ ਦੀ ਰੱਖਿਆ ਕਰਨ ਆਏ ਸੀਗੇ। ਜੇ ਇਤਿਹਾਸ ਵੱਲ ਝਾਤੀ ਮਾਰੀਏ, ਗਨੀ ਖਾਂ, ਨਬੀ ਖਾਂ, ਮਾਛੀਵਾੜਾ ਸਾਹਿਬ ਜਿਹੜੇ ਹੋਏ ਨੇ ਉਹ ਮੁਸਲਮਾਨ ਹੋਏ ਨੇ, ਉਹਨਾਂ ਨੂੰ ਗੁਰੂ ਸਾਹਿਬ ਨੇ ਨਹੀਂ ਕਿਹਾ ਵੀ ਸਿੰਘ ਸਜੋ ਜਾਂ ਸਿੱਖ ਬਣੋ, ਅਤੇ ਉਹ ਵੀ ਨਹੀਂ ਬਣੇ। ਉਹ ਉਵੇਂ ਹੀ ਗੁਰਦੁਆਰਾ ਸਾਹਿਬ ਅੱਜ ਵੀ ਉਵੇਂ ਹੀ ਬਣਿਆ ਹੋਇਆ। ਭਾਈ ਗਨੀ ਖਾਂ, ਨਬੀ ਖਾਂ ਜੀ, ਉਹਨਾਂ ਦਾ ਗੁਰਦੁਆਰਾ ਬਣਿਆ ਹੋਇਆ, ਉਹ ਵੀ ਉਵੇਂ ਹੀ ਨੇ। ਮਤਲਬ ਗੁਰੂ ਸਾਹਿਬ ਕੱਟੜਤਾ ਦੇ ਖਿਲਾਫ ਰਹੇ ਨੇ। ਹਰ ਧਰਮ ਦਾ ਸਤਿਕਾਰ ਗੁਰੂ ਸਾਹਿਬ ਦੇ ਸਿੰਘਾਂ ਵੱਲੋਂ ਵੀ ਕੀਤਾ ਗਿਆ, ਅਤੇ ਗੁਰੂ ਸਾਹਿਬ ਨੇ ਸਿੰਘਾਂ ਨੂੰ ਵੀ ਇਹੀ ਹੁਕਮ ਕੀਤਾ ਵੀ ਸਾਰੇ ਧਰਮਾਂ ਦਾ ਸਤਿਕਾਰ ਕਰਨਾ ਚਾਹੀਦਾ ਹੈ। ਮਹਾਂਪੁਰਖ ਕਹਿੰਦੇ ਨੇ ਵੀ ਗੁਰੂ ਸਾਹਿਬ ਨੇ ਧਰਮ ਦੇ ਚਿੰਨ੍ਹਾਂ ਦੇ ਸਤਿਕਾਰ ਕਰਕੇ ਹੀ ਕਿਲਾ ਛੱਡਿਆ ਆ। ਮਹਾਰਾਜ ਜਾਣੀ ਜਾਣ ਸੀਗੇ, ਦੇਖਿਆ ਜਾਵੇ ਜੇ ਮਹਾਰਾਜ ਨੂੰ ਕਿਤੇ ਪਤਾ ਨਹੀਂ ਸੀ ਬਾਅਦ 'ਚ ਕੀ ਹੋਣਾ ਆ। ਗੱਲ ਇਹ ਆ ਵੀ ਜੇ ਗੁਰੂ ਸਾਹਿਬ ਚਿੰਨ੍ਹਾਂ ਦਾ ਸਤਿਕਾਰ ਕਰਦੇ ਨੇ, ਆਪਾਂ ਨੇ ਅੱਜ ਕੱਲ੍ਹ ਇੱਕ ਓਅੰਕਾਰ, ਜਿਹੜਾ ਇੱਕ ਓਅੰਕਾਰ ਆ ਉਹਦੀ ਸ਼ਕਲ ਕਿਵੇਂ ਵਿਗਾੜਤੀ। ਤੁਸੀਂ ਦੇਖੋ ਵੀ ਗੱਡੀਆਂ ਦੇ ਪਿੱਛੇ ਸਟਿੱਕਰ ਲੱਗਦੇ ਨੇ ਇੱਕ ਓਅੰਕਾਰ ਦੇ, ਗੱਡੀਆਂ ਦੇ ਮੂਹਰੇ ਲੱਗਦੇ ਨੇ ਇੱਕ ਓਅੰਕਾਰ ਦੇ। ਇੱਕ ਜਿਹੜਾ ਓਅੰਕਾਰ ਆ ਉਹ ਊੜੇ ਦਾ ਓਅੰਕਾਰ ਦਾ ਉਹਦਾ ਸਾਰਾ ਇੱਕ ਦੇ ਮੂਹਰੇ 'ਚ ਹੀ ਲਾਈਨ ਉਹਦੀ ਗੱਡੀ ਹੁੰਦੀ ਆ। ਤੁਸੀਂ ਤੁਹਾਨੂੰ ਪਤਾ ਹੀ ਆ ਗੱਡੀਆਂ ਦੇ ਪਿੱਛੇ, ਗੱਡੀਆਂ ਦੇ ਮੂਹਰੇ। ਇੱਕ ਪਾਸੇ ਦੇਖੋ ਵੀ ਗੁਰੂ ਸਾਹਿਬ ਨੇ ਚਿੰਨ੍ਹਾਂ ਦੇ ਸਤਿਕਾਰ ਨੂੰ ਬਰਕਰਾਰ ਰੱਖਣ ਵਾਸਤੇ ਕਿਲਾ ਛੱਡਤਾ। ਇੱਕ ਪਾਸੇ ਆਪਾਂ ਨੂੰ ਇਹ ਵੀ ਪਤਾ ਵੀ ਗੁਰੂ ਹਰਕ੍ਰਿਸ਼ਨ ਸਾਹਿਬ ਜੀ ਦੇ ਭਰਾ ਜਿਹੜੇ ਰਾਮ ਰਾਏ ਜੀ ਨੇ, ਉਹਨਾਂ ਨੇ ਗੁਰਬਾਣੀ ਦੀ ਇੱਕ ਤੁੱਕ ਉਲਟ ਕੀਤੀ ਸੀ। ਇੱਕ ਉਹਨਾਂ ਨੂੰ ਘਰੋਂ ਕੱਢਤਾ ਸੀ ਗੁਰੂ ਹਰ ਰਾਏ ਸਾਹਿਬ ਜੀ ਨੇ, ਘਰੋਂ ਕੱਢਤਾ ਸੀਗਾ ਗੁਰੂ। ਕਿਉਂ? ਕਿਉਂਕਿ ਗੁਰਬਾਣੀ ਗੁਰੂ ਦਾ ਆਪ ਰੂਪ ਆ, ਬਾਣੀ ਗੁਰੂ, ਗੁਰੂ ਹੈ ਬਾਣੀ, ਵਿੱਚ ਬਾਣੀ ਅੰਮ੍ਰਿਤ ਸਾਰੇ। ਬਹੁਤ ਸਾਖੀਆਂ ਨੇ ਜੇ ਸਿੰਘ ਬਾਣੀ ਪੜ੍ਹਦੇ ਗਲਤ ਹੁੰਦੇ ਸੀਗੇ, ਮਹਾਰਾਜ ਕਹਿੰਦੇ ਸੀ ਸਿੰਘਾਂ ਨੂੰ ਬੁਲਾਓ ਵੀ ਸਾਡੇ 7 ਵੱਜਦੀ ਆ ਵੀ ਬਾਣੀ ਸ਼ੁੱਧ ਪੜ੍ਹੋ, ਕਿਉਂਕਿ ਗੁਰਬਾਣੀ ਗੁਰੂ ਸਾਹਿਬ ਦੇ ਅੰਗ ਨੇ। ਹੁਣ ਜਿਹੜਾ ਇੱਕ ਓਅੰਕਾਰ ਆ ਉਹ ਤਾਂ ਸ਼ੁਰੂਆਤ ਆ, ਗੁਰੂ ਗ੍ਰੰਥ ਸਾਹਿਬ ਜੀ ਦਾ ਪਹਿਲਾ ਅੱਖਰ ਇੱਕ ਓਅੰਕਾਰ, ਗੱਡੀਆਂ ਦੇ ਮੂਹਰੇ ਇੱਕ ਓਅੰਕਾਰ। ਹਾਂ,
ਕਈ ਵਾਰ ਆਪਾਂ ਗੱਲ ਕਰਦੇ ਆ ਵੀ ਕਿਸੇ ਐਕਟਰ ਨਹੀਂ ਨੇ ਪਿੱਛੇ ਇੱਕ ਓਅੰਕਾਰ ਬਹਾ ਲਿਆ, ਬਹੁਤ ਵੱਡੀ ਬੇਅਦਬੀ ਆ, ਗਲਤ ਆ। ਪਰ ਉਹਦੇ ਨਾਲ ਦੀ ਨਾਲ ਜਿਹੜੇ ਸਟਿੱਕਰ ਚੱਲਦੇ ਨੇ ਗੱਡੀਆਂ 'ਤੇ ਲਵਾਉਂਦੇ ਹੋ ਜਾਂ ਕਿਤੇ ਹੋਰ ਲਾਉਂਦੇ ਹੋ, ਇੱਕ ਓਅੰਕਾਰ ਦੀ ਸ਼ੇਪ ਉਹਦਾ ਜਿਹੜਾ ਅਸਲੀ ਆ, ਤੁਸੀਂ ਅਸਲੀ ਕਿੱਥੋਂ ਪਤਾ ਕਰੋਗੇ? ਗੁਰੂ ਗ੍ਰੰਥ ਸਾਹਿਬ ਜੀ ਵਿੱਚ ਦਰਸ਼ਨ ਕਰੋ, ਗੁਟਕਾ ਸਾਹਿਬ ਪੋਥੀਆਂ ਸਾਹਿਬ 'ਚ ਦੇਖੋ। ਦੇਖੋ ਤੁਸੀਂ ਉਹ ਲਿਖਾਉਣੇ ਕਾਹਦੇ ਵਾਸਤੇ? ਉਹ ਲਿਖਾਉਣੇ ਤਾਂ ਹੀ ਵੀ ਕਿਰਪਾ ਹੋਵੇ, ਕਿਰਪਾ ਕਰਨ ਗੁਰੂ ਸਾਹਿਬ। ਕਿਰਪਾ ਕਿਵੇਂ ਕਰਨਗੇ? ਜਾਂ ਤੁਸੀਂ ਲਿਖੇ ਗਲਤ ਦਿੱਤਾ, ਜਾਂ ਤੁਸੀਂ ਠੀਕ ਤਰੀਕੇ ਨਾਲ ਲਿਖੋ, ਵਧੀਆ ਉਹਦਾ ਸਤਿਕਾਰ ਕਰੋ। ਪਹਿਲੀ ਗੱਲ ਤਾਂ ਇਹ ਵੀ ਲਿਖਣ ਦੀ ਲੋੜ ਹੀ ਨਹੀਂ ਹੈਗੀ। ਇੱਕ ਓਅੰਕਾਰ ਲਿਖਦੇ ਹੋ ਉੱਥੇ ਧੂੜ ਮਿੱਟੀ ਪੈਂਦੀ ਆ, ਸਾਫ਼ ਨਹੀਂ ਰਹਿੰਦਾ, ਕਿਉਂਕਿ ਜਿਹੜੇ ਗੁਰੂ ਗ੍ਰੰਥ ਸਾਹਿਬ ਜੀ ਨੇ ਉਹ ਵੀ ਜਦੋਂ ਜਿਹੜੇ ਉਹਨਾਂ ਦੇ ਅੰਗ ਨੇ, ਜੇ ਆਪਾਂ ਕਹਿ ਲਈਏ ਪੇਜ ਨੇ, ਉਹ ਇੱਕ ਸਿੰਪਲ ਪਹਿਲਾਂ ਪੇਜ ਸੀਗੇ। ਜਦੋਂ ਗੁਰਬਾਣੀ ਲਿਖੀ ਗਈ ਉਹ ਗੁਰੂ ਗ੍ਰੰਥ ਸਾਹਿਬ ਜੀ ਬਣ ਗਏ। ਗੁਟਕਾ ਸਾਹਿਬ ਜਾਂ ਇੱਕ ਪੇਜ, ਇੱਕ ਸਿੰਪਲ ਪੇਜ ਹੁੰਦਾ ਆ, ਜੇ ਪੇਜ ਦੇ ਉੱਤੇ ਗੁਰਬਾਣੀ ਲਿਖੀ ਗਈ ਉਹ ਪੇਜ ਸਤਿਕਾਰਯੋਗ ਬਣ ਗਿਆ, ਉਹ ਅੰਗ ਬਣ ਗਿਆ, ਕਿਉਂਕਿ ਗੁਰਬਾਣੀ ਲਿਖੀ ਗਈ, ਕਿਉਂਕਿ ਸ਼ਬਦ ਗੁਰੂ ਆ। ਜਦੋਂ ਤੁਸੀਂ ਆਪਣੀ ਗੱਡੀ ਦੇ ਉੱਤੇ ਇੱਕ ਓਅੰਕਾਰ ਲਿਖਤਾ, ਚਾਹੇ ਉਹਨੂੰ ਠੀਕ ਵੀ ਲਿਖਤਾ ਚਾਹੇ ਦੂਜੇ ਤਰੀਕੇ ਨਾਲ ਲਿਖਤਾ, ਫਿਰ ਤਾਂ ਇਹੀ ਹੈ ਵੀ ਗੱਡੀ ਤੁਹਾਡੀ ਗੱਡੀ ਸਾਫ਼ ਬਣ ਗਈ। ਫਿਰ ਗੱਡੀ ਵਿੱਚ ਨਾ ਤਾਂ ਜੋੜੇ ਲੈ ਕੇ ਚੜੋ, ਗੱਡੀ ਵਿੱਚ ਨਾ ਗਾਣੇ ਲਾਓ, ਗੱਡੀ ਵਿੱਚ ਨਾ ਬਹਿ ਕੇ ਸ਼ਰਾਬ ਪੀਓ। ਦੇਖੋ ਮੈਂ ਤੁਹਾਨੂੰ ਇਹ ਨਹੀਂ ਵੀ ਕੋਈ ਮੈਂ ਇਮੋਸ਼ਨਲ ਜਾਣ ਕੇ ਕਹਿੰਦਾ, ਇੱਕ ਸਿੰਪਲ ਗੱਲ ਆ, ਜੇ ਕਾਗਜ਼ ਦੇ ਉੱਤੇ ਗੁਰਬਾਣੀ ਲਿਖੀ ਗਈ ਉਹ ਕਾਗਜ਼ ਸਤਿਕਾਰਯੋਗ ਬਣ ਗਿਆ, ਜੇ ਗੱਡੀ ਉੱਤੇ ਤੁਸੀਂ ਇੱਕ ਓਅੰਕਾਰ ਲਿਖਤਾ ਉਹ ਗੱਡੀ ਵੀ ਫਿਰ ਸਤਿਕਾਰਯੋਗ ਬਣ ਗਈ, ਫਿਰ ਤੁਹਾਡਾ ਗੱਡੀ ਅੰਦਰ ਗਾਣੇ ਲਾਉਣ ਦਾ ਕੋਈ ਮਤਲਬ ਨਹੀਂ ਬਣਦਾ। ਠੀਕ ਹੈ ਜੀ, ਚਲੋ ਗੱਲ ਇਹ ਹੈ ਵੀ ਪਹਿਲੀ ਗੱਲ ਤਾਂ ਇਹ ਵੀ ਠੀਕ ਤਰੀਕੇ ਨਾਲ ਲਿਖਿਆ ਹੋਵੇ ਜੇ ਲਿਖਣਾ ਆ। ਉਹ ਗਲਤ ਅੱਜ ਕੱਲ੍ਹ ਬਹੁਤ ਚੱਲਦਾ ਆ, ਉਹ ਤੁਸੀਂ ਲਾਉਂਦੇ ਹੋ ਸਟਿੱਕਰ, ਪਹਿਲੀ ਗੱਲ ਤਾਂ ਇਹ ਨਾ ਲਾਓ, ਜੇ ਲਾਉਣਾ ਆ ਠੀਕ ਤਰੀਕੇ ਨਾਲ ਲਾਓ, ਬਹੁਤ ਵੱਡੀ ਇਹ ਗਲਤੀ ਹੈ, ਬੇਅਦਬੀ ਆ। ਵੀਡੀਓ ਠੀਕ ਲੱਗੇ ਤਾਂ ਕਮੈਂਟ ਕਰਕੇ ਦੱਸਿਓ, ਸ਼ੇਅਰ ਕਰ ਦਿਓ। ਧੰਨਵਾਦ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।